ਮੇਰਾ ਪੰਜਾਬ ਤੋਂ ਕਰਾਚੀ ਸਫ਼ਰ VIP ਥੇ ਬੇਗੂੰ ਫੇਸਬੁੱਕ ਤੇ ਦੇਦਾ ਪੇ ਤਾਂ ਫੇਸਬੁੱਕ ਤੇ ਵੀਡੀਓ ਸ਼ੇਅਰ ਲਾਜ਼ਮੀ ਕਰੇ ਰਹਿ ਕੇ ਬੇਰਾ ਹੈ ਮੁਹੱਬਤ ਕਰਨ ਦੇ ਮੇਰੇ ਨਾਲ ਤਾਂ ਉਹ ਮੇਰੀ ਵੀਡੀਓ ਕੋ ਲਾਜ਼ਮੀ ਸ਼ੇਅਰ ਕਰੇ ਸੇ ਵੀਵਰ ਚੈੱਕ ਕਰੋ ਇਹ ਗਮੀ ਆ ਗਏ ਦੇਖੋ ਉੱਥੋਂ ਗਿਆ ਰਹਿਣ ਉੱਥੋਂ ਵੀ ਕਸ਼ਤੀ ਤੁਸੀਂ ਅਸਲਾਮ ਵਾਲੇਕੁਮ ਮੈਂ ਹਾਂ ਮੁਹੰਮਦ ਇਮਤਿਆਜ਼ ਅਤੇ ਤੁਹਾਡੇ ਦੇ ਪਿਓ ਯੂਟਿਊਬ ਚੈਨਲ ਇਮਤਿਆਜ਼ ਸਰਾਇਕੀ A1 ਤਾਂ ਮੈਂ ਉਮੀਦ ਹੈ ਕਿ ਤੁਸੀਂ ਠੀਕ ਠਾਕ ਹੋ ਸੋ ਖੈਰ ਖੈਰੀਅਤ ਨਾਲ ਹੋ ਸੋ ਜੀ ਅਲਹਮਦੁਲਿਲਾ ਮੈਂ ਵੀ ਠੀਕ ਹਾਂ ਅਤੇ ਜਿਵੇਂ ਕਿ ਤੁਹਾਨੂੰ ਪਤਾ ਹੈ ਗੁੱਡ ਮੋਰਨਿੰਗ ਠੀਕ ਗਈ ਤਾਂ ਮੈਂ ਤੁਹਾਡਾ ਭੇਰਾ ਦੇਖ ਸਕਦੇ ਹੋ ਕੱਪੜੇ ਛੱਪੜੇ ਪਾਏ ਤਾਂ ਦਾੜੀ ਵਾਲ ਕਟਿੰਗ ਤੁਸੀਂ ਦੇਖ ਸਕਦੇ ਹੋ ਓਕੇ ਥੀ ਆਇਆ ਤਾਂ ਵੈਲਕਮ ਬੈਕ ਨਿਊ ਵਲੋਗ ਤਾਂ ਅੱਜ ਦਾ ਜਿਹੜਾ ਵਲੋਗ ਥੀਣ ਵਾਲਾ ਬਹੁਤ ਹੀ ਮਜ਼ੇਦਾਰ ਔਰ ਚੰਗਾ ਵਲੋਗ ਥੀਣ ਵਾਲਾ ਤਾਂ ਜਿਹੜਾ ਵੀਰਾ ਮੈਨੂੰ ਫੇਸਬੁੱਕ ਤੇ ਦੇਖਦਾ ਪਏ ਤਾਂ ਫੇਸਬੁੱਕ ਤੇ ਵੀਡੀਓ ਸ਼ੇਅਰ ਲਾਜ਼ਮੀ ਕਰੇ ਸੋ ਤਾਂ ਜਿਹੜਾ ਸਰਾਇਕੀ ਵੀਰਾ ਹੈ ਮੁਹੱਬਤ ਕਰਨ ਦੇ ਮੇਰੇ ਨਾਲ ਤਾਂ ਉਹ ਮੇਰੀ ਵੀਡੀਓ ਕੋ ਲਾਜ਼ਮੀ ਸ਼ੇਅਰ ਕਰੇ ਸੇ ਤਾਂ ਬਾਕੀ ਵੀ ਸਾਰੇ ਮੇਰੇ ਕਿਤੇ ਵੀਰਾ ਹਨ ਤਾਂ ਅੱਜ ਦਾ ਜਿਹੜਾ ਵਲੋਗ ਥੀਣ ਵਾਲਾ ਬਹੁਤ ਹੀ ਜ਼ਬਰਦਸਤ ਥੀਣ ਵਾਲਾ ਹੈ ਤਾਂ ਦਰਿਆ ਸਿੰਧ ਤੁਹਾਨੂੰ ਮੈਂ ਦਿਖਾਉਣ ਲਵਾਂ ਰਹੀਮ ਯਾਰ ਖਾਨ ਦੇ ਵਿੱਚ ਖਾਨ ਬੇਲਾ ਹੈਡ ਮਲਕਾਣੀ ਮਲਿਕ ਅਜ਼ਮਤੁੱਲਾ ਤਾਂ ਹੀ ਟਾਈਮ ਮੈਂ ਮੌਜੂਦ ਹਾਂ ਦਰਿਆ ਸਿੰਧ ਦੇ ਨਾਲ ਆਇਆ ਵਾ ਤਾਂ ਅੱਜ ਤੁਹਾਨੂੰ ਦਿਖਾਉਂਦਾ ਦਰਿਆ ਸਿੰਧ ਤਾਂ ਸਰਾਇਕੀ ਕਲਚਰ ਮਾਹੌਲ VIP ਮਜ਼ੇਦਾਰ ਤਾਂ ਤੁਸੀਂ ਅੱਜ ਵੀਡੀਓ 'ਤੇ ਗੌਰ ਕਰਨੀ ਤਾਂ ਚੈੱਕ ਕਰੋ ਵੀਵਰ ਤਾਂ ਦਰਿਆ ਸਿੰਧ ਦੇ ਸਾਈਂ ਦੇਖ ਸਕਦੋ ਦਰਿਆ ਕੋ ਤੁਸੀਂ ਦੇਖੋ ਪਾਣੀ ਦੇਖੋ ਕਿਤਨਾ ਪਰੇਸ਼ਾਨ ਨਾਲ ਚੱਲਦਾ ਪਏ ਤਾਂ ਗੌਰ ਕਰੇ ਸੋ ਤਾਂ ਹੀ ਦਰਿਆ ਤੋਂ ਪਾਰ ਸਾਰੇ ਘਰ ਹਨ ਉਹ ਦੇਖ ਸਕਦੇ ਹੋ ਟਰੈਕਟਰ ਖੜ੍ਹੇ ਟਰੋਲੀ ਖੜ੍ਹੀ ਹੈ ਸਾਹਮਣੇ ਤਾਂ ਬੰਦੇ ਵੀ ਵਧਣ ਤਾਂ ਸਾਰਾ ਤਾਂ ਤੁਸੀਂ ਮੇਰੀ ਵੀਡੀਓ ਦੇ ਨਾਲ ਹੀ ਮੈਂ ਜੁੜੇ ਰਹਾ ਸੋ ਅੱਜ ਦੀ ਜਿਹੜੀ ਵੀਡੀਓ ਥੀਣ ਵਾਲੀ ਹੈ ਬਹੁਤ ਹੀ ਮਜ਼ੇਦਾਰ ਥੀਣ ਵਾਲੀ ਹੈ ਅੱਜ ਤਾਂ ਤੁਹਾਨੂੰ ਕੱਲ੍ਹ ਵੀ ਮੇਰੇ ਨਾਲ ਹੈ ਫਾਰਚੂਨਰ ਜਿਵੇਂ ਤੁਹਾਨੂੰ ਪਤਾ ਹੈ ਦੇਖੋ ਸਾਰਾ ਪਤਿਕ ਸੋ ਦਰਿਆ ਹੀ ਦਰਿਆ ਹੈ ਸਾਰਾ ਪਾਣੀ ਤਾਂ ਮਾਹੌਲ ਦੇਖ ਸਕਦੇ ਹੋ ਸਾਰਾ ਤਾਂ VIP ਮਾਹੌਲ ਹੈ ਤਾਂ ਇਵੇਂ ਤੁਸੀਂ ਮੇਰੀ ਵੀਡੀਓ ਦੇ ਨਾਲ ਜੁੜੇ ਰਹਾ ਸੋ ਤਾਂ ਮੇਰੇ ਕੋ ਉਮੀਦ ਹੈ ਕਿ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗਸੇ ਤਾਂ ਨਾਨਾ ਜਾਨ ਮੇਰੇ ਨਾਲ ਤਾਂ ਹਿਕੜੂੰ ਗੱਪਾਂ ਤੁਹਾਡੀਆਂ ਮੈਂ ਨਾਨੇ ਜਾਨ ਨਾਲ ਵੀ ਲਵੇਦਾਂ ਤਾਂ ਇਹ ਸਾਡੇ ਨਾਨਾ ਜੀ ਖੜੇ ਨਾਨਾ ਇੱਕ ਸਲਾਮ ਕਰਦੇ ਵੀਡੀਓ ਬਣਦੀ ਪਈ ਤੇਰੀ ਮੈਂ ਨੈੱਟ 'ਤੇ ਸਾਡੇ ਸਾਥੇ ਕੋ ਤਾਂ ਸਾਰਿਆਂ ਕੋ ਸਲਾਮ ਕਰ ਦਿਆ ਸਲਾਮ ਥੀ ਗਿਆ ਮੇਰਾ ਅੱਗ ਇਮਤਿਆਜ਼ ਵੀ ਚੰਗੀਆਂ ਵੀਡੀਓ ਬਣਦੇ ਇਹਦੇ ਯੂਟਿਊਬ ਚੈਨਲ ਕੋ ਸਬਸਕ੍ਰਾਈਬ ਕਰੋ ਇਹਦੀ ਵੀਡੀਓ ਕੋਈ ਮੈਂ ਸ਼ੇਅਰ ਕਰ ਛੋੜਵਾ ਹਾਂ ਤਾਂ ਨਾਨਾ ਸਹੀ ਸਾਡੇ ਨਾਲ ਆਣ ਸਹੀ ਮੈਂ ਆਖਿਰ ਨਾਨੇ ਕੋ ਥੋੜ੍ਹਾ ਮਾਹੌਲ ਕੀ ਨਾਨਾ ਕਿਵੇਂ ਦਰਿਆ ਦਾ ਮਾਹੌਲ ਸੰਘਾ ਨਜ਼ਾਰਾ ਪਿਆਰਾ ਹੈ ਨਾ ਹਵਾ ਕਿਵੇਂ ਠੱਡਾ ਠੱਡਾ ਮੌਸਮ ਹੈ ਤਾਂ ਨਾਨਾ ਦਾ ਪੇ ਸੀ ਮੇਰੇ ਪਸੰਦ ਹੈ ਮਾਹੌਲ ਤਾਂ ਤੁਸੀਂ ਦੇਖ ਸਕਦੇ ਹੋ ਸਾਰਾ ਪੱਥਰ ਹੀ ਪੱਥਰ ਪੇ ਦੇਖੋ ਚੈੱਕ ਕਰੋ ਦੇਖੋ ਸਾਰਾ ਪੱਥਰ ਹੈ ਤਾਂ ਇਹ ਸਾਰਾ ਦਰਿਆ ਹੈ ਇਹ ਸੀ ਦਰਿਆ ਸਿੰਧ ਜਿਵੇਂ ਕਿ ਤੁਸੀਂ ਦੇਖੀਦਾ ਸੋ ਮਾਹੌਲ ਤਾਂ ਅਸਾਂ ਹੁਣ ਮੈਂ ਥੋੜ੍ਹੇ ਜਿਹੇ ਕਿਲਪ ਬੜੇ ਸਾਂ ਉਹ ਵੀ ਤੁਸੀਂ ਮੇਰੇ ਦੇਖ ਸੋ ਅੱਜ ਦੀ ਜਿਹੜੀ ਵੀਡੀਓ ਹੈ ਨਾ ਮਜ਼ੇਦਾਰ ਥੀਣ ਵਾਲੀ ਹੈ ਤਾਂ ਗਾਈਜ਼ ਤੁਸੀਂ ਮੇਰੇ ਕੋਲ ਦੱਸੇ ਸੋ ਕਿ ਕਿਸ਼ਤੀਆਂ ਕਿਵੇਂ ਲੱਗਿਆ ਮੈਂਦਾ ਕੋ ਮਾਹੌਲ ਕਿਵੇਂ ਹੈ ਤਾਂ ਸਰਾਇਕੀ ਕਲਚਰ ਹੈ ਪਿਆਰਾ ਪਿਆਰਾ ਵਿਊ ਹੈ ਤਾਂ ਮਾਸ਼ਾਅੱਲਾ ਦੇਖ ਸਕਦੇ ਹੋ ਜਿਹੜਾ ਕਿਸ਼ਤੀਆਂ ਖੜ੍ਹੇ ਨਾ ਇਹ ਕਿੱਥੋਂ ਆਉਂਦੀਆਂ ਉਹ ਸਾਹਮਣੇ ਤਾਂ ਕੋਈ ਟਰੈਕਟਰ ਟਰਾਲੀ ਨਜ਼ਰਦਾ ਪਿਆ ਸੀ ਦੇਖੋ ਮਜ਼ਰ ਜ਼ੂਮ ਕਰਕੇ ਦਿਖਾ ਦੇਣਾ ਇਹ ਟਰੈਕਟਰ ਆਉਂਦਾ ਪਿਆ ਦੇਖਦੇ ਪਿਓ ਨਾ ਉੱਥੋਂ ਸਮਾਨ ਚਾਹੀਏ ਆਉਂਦੇ ਉੱਥੋਂ ਗਰੀ ਮੈਂ ਕਿਸ਼ਤੀਆਂ ਆਉਂਦੀਆਂ ਨੇ ਆਉਂਦੀਆਂ 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 ਇੱਥਾ ਕਰ ਇੱਥੇ ਹੀ ਕਰੋ ਲਾਈਨਾਂ ਪਏ ਵਾਪਸ ਪਾਲੀ ਮੈਂ ਨਿਕਲ ਸਨ ਪਰਤੇ ਤਾਂ ਵੀਵਰ ਤੋਂ ਕੋਈ ਇੱਕ ਸ਼ਾਇਦ ਮੈਂ ਦਿਖਾਉਣ ਲਵਾਂ ਜ਼ੂਮ ਕਰਦੇ ਦਿਖਾਉਂਦਾ ਮੇਰਾ ਇਤਨਾ ਮੋਬਾਈਲ ਤਾਂ ਕਹਿ ਨਹੀਂ ਇਹ ਤੁਹਾਨੂੰ ਨਜ਼ਰ ਆਉਂਦਾ ਪਿਆ ਉਸੇ ਦਰਿਆ ਦੇ ਵਿੱਚ ਇੱਕ ਬੰਦਾ ਡੂ ਗਮੀ ਗੀਤੀ ਆਉਂਦੇ ਤਾਂ ਉਹ ਕਰਾਸ ਕਰੇ ਸੇ ਜੇ ਵਾਪਸ ਤੁਸੀਂ ਦੇਖ ਸਕਦੇ ਹੋ ਕਿਤਨਾ ਵੱਡਾ ਦਰਿਆ ਹੈ ਨਾ ਤਾਂ ਦੇਖ ਸਕਦੇ ਹੋ ਦੇਖੋ ਤੁਹਾਨੂੰ ਵੀਡੀਓ ਦੇ ਵਿੱਚ ਵੀ ਨਜ਼ਰ ਆਉਂਦਾ ਪਿਆ ਮਗਰ ਦਰਿਆ ਵੱਡਾ ਤਾਂ ਉਹ ਬੰਦਾ ਉਹ ਗਮੀ ਗਹਿਣਾ ਹੈ ਗਮੀ ਹੁੰਦੀਆਂ ਵਾਲਾ ਵਾਪਸ ਨਿਕਲ ਗਏ ਮਗਰ ਉਹ ਦਰਿਆ ਦੇ ਵਿੱਚ ਕਰਾਸ ਕਰੇ ਨੇ ਤਾਂ ਮੇਰੇ ਕੋ ਉਮੀਦ ਕਹਿਣਾ ਸੀ ਕਿ ਗਮੀ ਕਰਾਸ ਕਰ ਸਕੇ ਤਾਂ ਉਹ ਗਮੀ ਵਾਲਾ ਵਾਪਸ ਨਿਕਲ ਗਏ ਦੇਖੋ
ਤਾਂ ਤਾਂ ਕੋਈ ਕਿਆ ਗਮੀ ਆਵੇ ਸਨ ਬਾਹਰ? ਹਾਂ ਅੱਛਾ, ਮੇਰੇ ਕੋਲ ਤਾਂ ਨਹੀਂ ਲੱਗਦੀ ਦਰਿਆ ਤਾਂ ਵੱਡਾ ਹੈ। ਅੱਛਾ ਤਾਰਾ ਹੁੰਦੇ? ਅੱਛਾ ਵੀਵਰ ਚੈੱਕ ਕਰੋ ਮਾਹੌਲ, ਕਸ਼ਤੀ ਦਾ ਮਾਹੌਲ ਚੈੱਕ ਕਰੋ ਤੁਸਾਂ, ਦੇਖੋ ਵਹਿੰਦੀ ਪਈ ਕਸ਼ਤੀ। ਤੁਸਾਂ ਹੀ ਉਹਨਾਂ ਦੇਸੀ ਮਾਹੌਲ ਨਾ ਡਿਠਾ ਸੋ ਸਰੈਕੀ ਦੇ ਵਿੱਚ, ਤਾਂ ਮੈਂ ਤੁਹਾਨੂੰ ਦਿਖੇਣਾ ਪਿਆ, ਚੈੱਕ ਕਰੋ ਕਿਵੇਂ ਮਾਹੌਲ ਹੈ। ਇਹ ਦਰਿਆ ਸਿੰਧ ਹੈ, ਕਸ਼ਤੀ ਕੋ ਵਹਿੰਦਾ ਦੇਖੋ, ਸਪੀਡ ਚੈੱਕ ਕਰੋ, ਪਰ ਇਹ ਦੇਖੋ ਉਹ ਵੀ ਨਹੀਂ ਪਿਆ ਕਸ਼ਤੀ, ਚੈੱਕ ਕਰੋ ਦਰਿਆ ਦੇ ਵਿੱਚ। ਵੀਵਰ ਤੁਹਾਨੂੰ ਮੈਂ ਇੱਕ ਸ਼ਾਇਦ ਦਿਖਾਵਾਂ ਖਾਸ, ਜਿਹੜਾ ਇਹ ਪਾਰੂ ਬੰਦਾ ਆਉਂਦਾ ਪਿਆ ਨਾ ਡੂ ਐਨ ਗਵੀ, ਇਹ ਗਹਿੰਦੇ ਆਉਂਦੇ ਤਕਰੀਬਨ ਚਾਰ ਦਫਾ ਹੈ ਵਾਲਾ ਵਾਪਸ ਵੱਲ ਗਏ, ਅੰਦੇ ਵਾਲਾ ਗਵੀ ਵਾਪਸ ਵੱਲ ਆਉਂਦੇ ਨੇ, ਅੰਦਰ ਵੀ ਕਰਾਸ ਕਰ ਰਹੇ ਨੇ, ਅੱਧ ਦਰਿਆ 'ਚ ਆ ਗਏ ਨੇ, ਦਰਿਆ ਸਿੰਧੇ ਦੇਖੋ। ਇਹ ਮਹਿਸੂਸ ਸੀ ਨਾ ਪਿਆ ਤੁਹਾਨੂੰ ਨਜ਼ਰਦਾ ਪਿਆ ਉਸੇ, ਮੈਂ ਹੁਣ ਬੈਠਾ ਅੱਜ ਵੀਡੀਓ ਤੁਹਾਨੂੰ ਪੂਰੀ ਦਿਖੇਣਾ, ਤੁਹਾਨੂੰ ਵੀਡੀਓ ਮੇਰੀ ਪੂਰੀ ਦੇਖੋ, ਵੀਡੀਓ ਜਿਹੜੀ ਜ਼ਬਰਦਸਤ ਥੀ ਬਣਾ ਲਈ। ਤਾਂ ਅਸਾਂ ਸਾਹਮਣੇ ਪੁੱਜ ਤੇ ਤੁਹਾਨੂੰ ਦਿਖੇ ਨੂੰ ਏਡੋ ਦਰਖਤ ਖੜੇ ਤਾਂ ਬਿਲਕੁਲ ਇਹਨਾਂ ਦਾ ਸਭ ਬਰਾਬਰ ਵੇਨੂੰ ਤੁਹਾਨੂੰ ਦਿਖੇ ਨੂੰ, ਦੇਖੋ ਗੌਰ ਕਰਦੇ ਦੇਖੋ, ਦਰਿਆ ਸਿੰਧ 'ਚ ਕ੍ਰਾਸ ਕਰੇ ਨਾ ਵੀ ਬੰਦਾ, ਵੀ ਵਾਰ ਬੰਦਾ ਪੁੱਜਿਆ ਵੇ, ਦੇਖ ਸਕਦੋ ਗਮੀ ਆ ਗਏ ਨਾਲ ਕਰੀਬ ਆ ਗਏ ਬਿਲਕੁਲ, ਇਹ ਦੇਖੋ ਤੁਹਾਨੂੰ ਦਿਖੇ ਨਾ ਗਮੀ ਨਿਕਲ ਸਨ ਜਿੱਦਾਂ ਬਾਹਰ, ਮਗਰ ਯਾਰ ਦਰਿਆ ਸਿੰਧ ਮਾਣਾ ਰੱਖਦੇ ਦਰਿਆ ਦੇ ਵਿੱਚ ਕ੍ਰਾਸ ਕਰਾਂ ਤਾਂ ਇੱਕ ਬੰਦਾ ਵੀ ਨਾਲ ਹੈ ਡੂ ਗਵੀ ਹਨ, ਤਾਂ ਦੇਖੋ ਗਊ ਦੇ ਉੱਤੇ ਬੰਦਾ ਚੜਿਆ ਹੁੰਦੇ, ਅਰੇ ਦੇਖੋ ਇਹ ਆਉਂਦਾ ਪਏ ਚੈੱਕ ਕਰੋ, ਇਹ ਦੇਖੋ ਤੁਹਾਨੂੰ ਨਜ਼ਰ ਆਉਂਦਾ ਪਿਆ ਉਸੇ, ਚੈੱਕ ਕਰੋ ਨਾਨਾ ਸਹੀ, ਇਹ ਤੁਹਾਨੂੰ ਕਿਆ ਉਮੀਦ ਹੈ ਪਾਰ ਵੰਜ ਕ੍ਰਾਸ ਸੀ ਸਨ ਜਾਈ ਸੀ ਉੜ ਤੋਂ ਨਿਕਲ ਸਨ, ਹਾਂ ਵੀਵਰ ਪੁੱਜਣ ਗਵੀ ਨਾਲ ਦੇਖੋ, ਵੀਵਰ ਆ ਗਏ ਗਵੀ ਦੇਖੋ ਗੌਰ ਕਰੋ, ਇਹ ਆ ਗਏ ਵੀ ਦੇਖੋ, ਵੀਵਰ ਚੈੱਕ ਕਰੋ ਇਹ ਗਵੀ ਆ ਗਏ ਦੇਖੋ, ਉੱਥੋਂ ਗਿਆ ਰਹਿਣ ਉੱਥੋਂ, ਚੈੱਕ ਕਰੋ ਇਹ ਗਵੀ ਦੇਖੋ ਇਹ ਵਜਨ ਵੇ ਦੇਖੋ, ਚੈੱਕ ਕਰੋ ਹੁਣ ਇਹਨੇ ਕੋਲ ਨਿਕਲਣ ਦਾ ਰਸਤਾ ਨਹੀਂ ਪਿਆ ਮਿਲਦਾ, ਇਵੇਂ ਮੁੜ ਤੇ ਉਸ ਇਵੇਂ ਤਾਂ ਇੱਥਾਂ ਉੱਥਾਂ ਮਨ ਨਿਕਲ ਸਨ ਨੂੰ ਜਾ ਤੇ, ਤਾਂ ਮੈਂ ਕਰ ਗਵੀ ਦੇਖੋ ਇਹ ਵਜਨ ਵੇ ਮਾਹੌਲ ਦੇਖੋ ਗਵੀ ਦਾ, ਹਿੰਮਤ ਹੈ ਹਾਂ ਗਾਵੇ ਮਾਲ ਦੀ, ਇਹ ਵਾਰ ਇਹ ਆ ਗਏ ਵੇ ਬੰਦਾ ਨਾਲ ਹੈ, ਚੈੱਕ ਕਰੋ ਅਤੇ ਗਵੀ ਵੀ ਚੈੱਕ ਕਰੋ ਤੁਸਾਂ, ਇਹ ਦੇਖੋ ਮਾਂਝਿਆ ਥਿਆ ਵਜਨ ਗਵੀ ਮਾਂਝਿਆ ਇਵੇਂ ਵੇਸਣ ਪਿਆ ਵੇਸਣ ਪਿਆ ਵੇਸਣ ਪਿਆ ਉੱਥਾਂ ਮਨ ਨਿਕਲ ਸਨ ਨੂੰ ਜਾ ਤੇ ਕਸ਼ਤੀ ਕਿਨੇ, ਤਾਂ ਮਾਹੌਲ ਦੇਖ ਸਕਦੋ ਤਾਂ ਬੰਦੇ ਵੀ ਨਾਲ ਲੈਂਦੇ ਖਾਣ ਦੇ, ਦੇਖੋ ਬੰਦਾ ਛੋਕਰਾ ਵੀ ਮਾਂਦਾ ਥਿਆ ਉਹਦੇ, ਦੇਖੋ ਯਾਰ ਇਹ ਬੰਦਾ ਜਿਹੜਾ ਦਰਿਆ ਕ੍ਰਾਸ ਕਰਦਾ ਦੇਖੋ, ਇਹ ਵੀ ਬੰਦਾ ਅਤੇ ਇਹ ਗਵੀ ਕਹਿੰਦੇ ਦਰਿਆ ਸਿੰਧ ਪੂਰਾ ਕ੍ਰਾਸ ਕਰਦੇ ਉਹਦੇ ਬੰਦਾ, ਤਾਂ ਯਾਰ ਜਿਵੇਂ ਦੇਖਦੇ ਵੀ ਨਲਕਾ ਖੜ੍ਹੇ ਅਸਾਂ ਪਾਣੀ ਪੀਨੋ, ਪਾਣੀ ਪੀ ਤੇ ਵਾਲਾ ਜੁਲਦੋ ਅੱਗੇ ਤੇ ਵਾਪਸ ਆਪਣਾ ਸ਼ਹਿਰ ਜੁਲਦੋ, ਨਲਕੇ ਤੋਂ ਪਾਣੀ ਪੀਨੋ, ਤਾਂ ਮਾਸ਼ਾਅੱਲਾ ਸਰੈਕੀ ਦਾ ਕਲਚਰ ਚੈੱਕ ਕਰੋ, ਨਲਕੇ ਦਾ ਪਾਣੀ ਤਾਜ਼ਾ ਤਾਜ਼ਾ ਪਾਣੀ ਹੈ, ਪਾਣੀ ਪੀ ਤੇ ਵਾਲਾ ਜੁਲਦੋ, ਤਾਂ ਬੰਦਾ ਵੇਣਾ ਪਏ ਗਮੀ ਕੀਤੀ ਮੈਨੂੰ ਦੇਖ ਸਕਦੋ, ਤਾਂ ਵੀ ਵਾਰ ਤੁਹਾਨੂੰ ਇੱਕ ਸ਼ਾਇਦ ਵੀ ਦੱਸਾ ਦੇਵਾਂ, ਇਹੋ ਦਰਿਆ ਹੈ ਨਾ ਜਿਹੜਾ ਬਿਲਕੁਲ ਇਵੇਂ ਆਉਂਦਾ ਪਿਆ, ਤਾਂ ਤੁਹਾਨੂੰ ਮੈਂ ਦਿਖਾ ਦੇਵਾਂ ਇਹ ਕਬਰਸਤਾਨ, ਕਬਰਸਤਾਨ ਹੈ ਕਬਰੀਅਨ ਸਾਰਿਆਂ, ਤਾਂ ਇਹੋ ਪਾਣੀ ਜਿਹੜਾ ਇਵੇਂ ਆਉਂਦਾ ਪਿਆ ਇਵੇਂ, ਭਲ ਇੰਨੇ ਲੋਕਾਂ ਸਰਕਾਰ ਨੇ ਇਵੇਂ ਪਾਣੀ ਇਹ ਤਾਂ ਮੱਟੀ ਦਿੱਤੀ ਹੈ ਪੂਰੀ ਸੜਕ ਹੈ ਨਾ, ਇੱਥੇ ਸੜਕ ਜਿਵੇਂ ਦਿੱਤੇ ਨੇ ਨਾ ਸਪੋਰਟ ਲਾਤੇ ਨੇ ਪੱਥਰਾਂ ਦੀ, ਜਿਵੇਂ ਪੱਥਰ ਲਾਤੇ ਨੇ ਤਾਂ ਸੜਕ ਦਿੱਤੀ ਨੇ, ਦਰਿਆ ਦਾ ਪਰੇਸ਼ਾਨੀ ਦੇ ਮਰ ਗਏ ਇਵੇਂ, ਦਰਿਆ ਇਹ ਨਹੀਂ ਵੱਲ ਗਏ, ਅਗਰ ਇਹ ਸੜਕ ਨਾ ਦਿੰਦੇ ਤਾਂ ਇਹ ਸਾਰਾ ਕਬਰਸਤਾਨ ਹੈ, ਤਾਂ ਇਵੇਂ ਦਰਿਆ ਦੇਖੋ ਉਹ ਗਿਆ ਪਏ, ਤਾਂ ਮੇਰੇ ਅੰਗਲ ਦੇਖਦੇ ਪਏ ਸੋ ਦਰਿਆ ਇਵੇਂ ਆਉਂਦਾ ਪਿਆ ਇਵੇਂ, ਨਾ ਤਾਂ ਕਬਰਸਤਾਨ ਇਵੇਂ ਮੱਟੀ ਦਿੱਤੇ ਨੇ ਸੜਕ ਦਿੱਤੇ ਨੇ, ਕਬਰਸਤਾਨ ਕਿਵੇਂ ਚਧਾਰ ਇਵੇਂ ਦਿੱਤੇ ਨੇ ਬਚਾ ਕੇ ਦਿੱਤੇ ਨੇ, ਕਬਰਸਤਾਨ ਬਚ ਗਏ, ਜਿਹੜਾ ਹੁਣ ਦਰਿਆ ਹੈ ਇਵੇਂ ਮੁੜ ਤੇ ਆਉਂਦਾ ਪਏ ਭਲਾ ਇਵੇਂ ਨਿਕਲਦਾ ਪਏ ਇਵੇਂ ਭਲਾ ਇਵੇਂ ਵੇਨਾ ਪਏ, ਭਲ ਇੱਥਾਂ ਇਵੇਂ ਪਰੇਸ਼ਾਨ ਦਿੱਤੇ ਨੇ ਇਹਨੂੰ ਸਪੋਰਟ ਦਿੱਤੇ ਨੇ ਇਵੇਂ ਸੜਕ ਦਿੱਤੀ ਨੇ ਇਹਨੂੰ ਘਰ, ਅਗਰ ਇਹ ਸੜਕ ਨਾ ਦਿੰਦੇ ਦਰਿਆ ਇਹ ਇਵੇਂ ਕ੍ਰਾਸ ਕਰਨਾ ਪਿਆ ਇਵੇਂ ਕ੍ਰਾਸ ਕਰਿਆ ਇਵੇਂ ਵਾਲੇ ਸਾਰੇ ਘਰ ਇਹ ਖਤਮ ਥੀ ਵਜਣਾ,
ਵਾਲੀਆਂ ਸਪੋਰਟ ਦਿੱਤੇ ਨੇ। ਇੱਥੇ ਜਿਵੇਂ ਦਰਿਆ ਵੇਂਦੇ ਨਾ ਪ੍ਰੈਸ਼ਰ ਮਾਰ ਵੇਂਦੇ ਵਾਲਾ ਪਰਤ, ਜਿਵੇਂ ਵਾਲਾ ਪਰਤ ਉਹ ਦਰਿਆ ਵਾਲਾ ਪਰਤ ਸੁਰ ਗਏ ਨਾ, ਤਾਂ ਇਹ ਸਪੋਰਟ ਨਾ ਦਿੰਦੇ ਦਰਿਆ ਡਿਆਇਆ ਪਿਆ ਘਰ ਦੇਖੋ ਸਾਰਾ ਗੋਠ ਘਰ ਘਰ। ਤਾਂ ਅਸਾਂ ਜੁਲਦੇ ਪਿਓ ਅੱਗੇ ਤੇ, ਅਗਰ ਮੇਰੀ ਵੀਡੀਓ ਚੰਗੀ ਲੱਗੇ ਤਾਂ ਮੇਰੀ ਵੀਡੀਓ ਨੂੰ ਸ਼ੇਅਰ ਕਰੇ ਸੋ ਲਾਜ਼ਮੀ। ਮਾਸ਼ਾਅੱਲਾ ਅਸੀਂ ਹੈਡ ਮਲਕਾਣੀ ਅਸਗੈਬ ਨਹਿਰ ਤਾਂ ਦੇਖ ਸਕਦੇ ਹੋ। ਤਾਂ ਚਮਨ ਚੈੱਕ ਕਰੋ, ਪਾਣੀ ਦੇਖੋ, ਮਾਹੌਲ ਚੈੱਕ ਕਰੋ। ਮਾਹੌਲ ਚੈੱਕ ਕਰੋ ਕਿਵੇਂ ਗਾਉਂ ਦਾ ਦੇਸੀ ਮਾਹੌਲ। ਹਾਂ ਤਿਆਰ ਸਾਡੀ ਬੱਸ ਜਿਵੇਂ ਕਿ ਤੁਹਾਡੇ ਦੇਖ ਲਓ ਤਿਆਰ ਥੀ ਗਈ ਹੈ ਤਾਜ ਮੇਡੀ ਕਰਾਚੀ, ਤਿਆਰੀ ਉਲਣ ਦੀ ਤਾਂ ਅਸਾਂ ਜੁਲਦੇ ਪਿਓ ਇਨਸ਼ਾ ਅੱਲਾ ਕਰਾਚੀ। ਤਾਂ ਅਸਾਂ ਹੈਡ ਮਲਕਾਣੀ ਕੁੱਕ ਰਹਿੰਦੇ ਪਿਓ। ਬਾਏ ਬਾਏ। ਜੀ ਅਲਹਮਦੁਲਿਲਾ ਮੈਂ ਸੀ ਬਹਿਰੀਆ ਟਾਊਨ ਪੁੱਜ ਚੁੱਕਾਂ। ਤਾਂ ਮਾਸ਼ਾਅੱਲਾ ਮੇਰਾ ਪੰਜਾਬ ਤੋਂ ਕਰਾਚੀ ਸਫ਼ਰ ਵੀ ਆਈ ਪੀ ਥੇ ਜ਼ਬਰਦਸਤ। ਤਾਂ ਤੁਹਾਡੀਆਂ ਮੁਹੱਬਤਾਂ ਦੇ ਨਾਲ ਮੇਰਾ ਸਫ਼ਰ ਅੱਛਾ ਥੀ ਗਿਆ। ਤਾਂ ਇਹ ਟਾਈਮ ਮੈਂ ਬਹਿਰੀਆ ਟਾਊਨ ਮੌਜੂਦ ਹਾਂ, ਬਹਿਰੀਆ ਟਾਊਨ ਤੋਂ ਕਰਾਸ ਕਰ ਦਿੱਤੇ। ਤਾਂ ਜਿਵੇਂ ਕਿ ਤੁਹਾਨੂੰ ਪਤਾ ਟਾਈਮ ਦਾ ਪਏ ਸੁਬਹ ਦਾ 5:30 ਦਾ ਟਾਈਮ ਹੈ। ਤਾਂ ਤੁਹਾਨੂੰ ਮੈਂ ਦਿਖਾ ਦੇਵਾਂ ਮੈਨ ਗੇਟ ਦਾ ਥੋੜ੍ਹਾ ਪਿਆਰਾ ਪਿਆਰਾ ਵਿਊ। ਤਾਂ ਹੁਣੇ ਹੁਣੇ ਬਿਲਕੁਲ ਲੈਟਿੰਗ ਬੰਦ ਥਈਏ ਤਾਂ ਤੁਹਾਨੂੰ ਦਾ ਪਿਆਰਾ ਨਜ਼ਾਰਾ ਦਿਖਾ ਦੇਵਾਂ ਹਾਂ। ਤਾਂ ਤੁਸੀਂ ਦੇਖ ਸਕਦੇ ਹੋ। ਤਾਂ ਮੈਂ ਇੱਥੇ ਹੀ ਵਲੋਗ ਦਾ ਐਂਡ ਕਰਦਾ। ਤਾਂ ਮੇਰੇ ਕੋਲ ਉਮੀਦ ਹੈ ਕਿ ਤੁਹਾਨੂੰ ਮੇਰਾ ਵਲੋਗ ਚੰਗਾ ਲੱਗਾ ਹੋਵੇ। ਅਗਰ ਮੇਰਾ ਵਲੋਗ ਚੰਗਾ ਲੱਗੇ ਤਾਂ ਮੇਰਾ ਯੂਟਿਊਬ ਚੈਨਲ ਸਬਸਕ੍ਰਾਈਬ ਕਰੇ ਸੋ, ਫੇਸਬੁੱਕ ਪੇਜ ਫੋਲੋ ਕਰੇ ਸੋ, ਤਾਂ ਸ਼ੇਅਰ ਵੀਡੀਓ ਲਾਜ਼ਮੀ ਕਰੇ ਸੋ। ਮਿਲ ਸੋ ਅਗਲੇ ਵਲੋਗ ਵਿੱਚ, ਅੱਲਾ ਹਾਫਿਜ਼। ਤਾਂ ਹੁਣ ਤੁਹਾਨੂੰ ਜਿਹੜਾ ਵਲੋਗ ਮਿਲਦੇ ਰਹੇ ਸਨ ਬਹਿਰੀਆ ਟਾਊਨ ਦੇ ਮਿਲਦੇ ਰਹੇ ਸਨ VIP ਵਲੋਗ, ਤਾਂ ਤੁਸਾਂ ਗੌਰ ਕਰਨੀ।